खेती कानूनों नूं लैके लगातार ही किसान दिल्ली वल वध रहे ने, जिस दे मद्देनज़र एक बार फिर तो भारी गिणती च किसान मजदूर एकता की अगवाई हेठ किसान मजदूर संघर्ष कमेटी वालों दिल्ली वल रवानगी की गई है। रवानगी लैण तों पहलां किसानां वालों सचखंड श्री दरबार साहब श्री अकाल तख्त साहब ते अरदास करके दिल्ली वल नूं तैयारियां कसियां गईयां। ਇਹ ਕਿਸਾਨ ਜਥੇਬੰਦੀ ਇੱਕੋ ਇੱਕ ਅਜਿਹੀ ਜਥੇਬੰਦੀ ਹੈ ਜੋ ਸਿੱਖੀ ਨੂੰ ਪ੍ਰਣਾਈ ਹੋਈ ਹੈ, ਕਿਉਂਕਿ ਬਹੁਤਾਤ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਾਮਰੇਡੀ ਸੋਚ ਦੀਆਂ ਨੇ ਜੋ ਕਿ ਧਰਮ ਦੇ ਖਿਲਾਫ ਨੇ। ਅਸੀਂ ਅੱਜ ਪਹਿਲੋ ਫੈਸਲੇ ਮੁਤਾਬਕ ਸ੍ਰੀ ਦਰਬਾਰ ਸਾਹਿਬ ਅੱਜ ਮੱਥਾ ਟੇਕਣ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਵੱਲੋਂ, ਕਿਸਾਨ ਮਜ਼ਦੂਰ ਲਹਿਰ ਵੱਲੋਂ, ਪੰਜਾਬੀਆਂ ਵੱਲੋਂ, ਪੰਥ ਵੱਲੋਂ, ਸਾਰਿਆਂ ਵੱਲੋਂ ਅਰਦਾਸ ਬੇਨਤੀ ਕੀਤੀ ਅਕਾਲ ਤਖ਼ਤ ਸਾਹਿਬ ਵੀ ਸਤਿਗੁਰ ਸੱਚੇ ਪਾਤਸ਼ਾਹ ਤੇਰਾ ਊਟ ਆਸਰਾ ਲੈ ਕੇ ਪਹਿਲੋਂ ਸਾਡਾ ਜਥਾ 27 ਨੂੰ ਇੱਥੋਂ ਰਵਾਨਾ ਹੋਇਆ ਸੀ ਗੋਲਡਨ ਗੇਟ ਤੋਂ, ਅਤੇ ਉਹ ਕੁੰਡਲੀ ਬਾਰਡਰ ਜਾ ਕੇ ਪਹੁੰਚਿਆ ਵਾ। ਦੂਸਰਾ ਜਥਾ ਅੱਜ ਅਸੀਂ ਰਵਾਨਾ ਕਰ ਰਹੇ ਹਾਂ, ਅਤੇ ਇਸ ਕਰਕੇ ਗੁਰੂ ਮਹਾਰਾਜ ਦਾ ਊਟ ਆਸਰਾ ਲੈ ਕੇ ਅਰਦਾਸ ਕਰਕੇ ਚੱਲ ਰਹੇ ਹਾਂ। ਇਹਦੋਂ ਗਾਹਾਂ ਗੋਲਡਨ ਗੇਟ ਤੋਂ ਅਸੀਂ ਜਿਹੜਾ ਜਥਾ ਵਾ ਉਹ ਦਿੱਲੀ ਵੱਲ ਨੂੰ ਰਵਾਨਾ ਕਰਾਂਗੇ। ਗਾਹਾਂ ਜਾ ਕੇ ਬਿਆਸ ਪੁੱਲ ਤੋਂ ਵੱਡਾ ਜਥਾ ਜਿਹੜਾ ਮਾਝੇ ਦਾ ਵਾ, ਇਹਦੇ ਵਿੱਚ ਕਹਿ ਲਓ ਜਿਹੜੇ ਸਾਡੇ ਗੁਰਦਾਸਪੁਰ ਦੇ ਅੰਮ੍ਰਿਤਸਰ ਦੇ ਤਰਨ ਤਾਰਨ ਦੇ ਹਜੇ ਡਿਊਟੀ ਨਹੀਂ ਸੀ ਲਾਈ, ਵਲੰਟਰੀ ਸੈਂਕੜੇ ਵਹੀਕਲਾਂ 'ਤੇ ਜਿਹੜੇ ਲੋਕ ਰਵਾਨਾ ਹੋ ਰਹੇ ਆ। ਇਹਦੋਂ ਗਾਹਾਂ ਫਿਰੋਜ਼ਪੁਰ, ਫਾਜ਼ਿਲਕਾ, ਜਲੰਧਰ, ਮੋਗਾ, ਉਹ ਜਥਾ ਸਾਨੂੰ ਜਿਹੜਾ ਵਾ ਦੁਰਾਹੇ ਲਾਗੇ ਆ ਕੇ ਮਿਲੂਗਾ। ਅਤੇ ਇਹ ਤੁਸੀਂ ਵੇਖੋ ਕਿ ਹਜ਼ਾਰਾਂ ਵਹੀਕਲਾਂ ਦਾ ਜਥਾ ਜਿਹੜਾ ਵਾ, 50,000 ਦੇ ਨੇੜੇ ਤੇੜੇ ਕਿਸਾਨ ਮਜ਼ਦੂਰਾਂ ਦੀ ਗਿਣਤੀ ਜਿਹੜੀ ਆ, ਅੱਜ ਹੀ ਅਸੀਂ ਸਿੰਘੂ ਬਾਰਡਰ ਜਿਹੜਾ ਵਾ ਪੰਜਾਬ ਦਾ, ਸ਼ੰਭੂ ਬਾਰਡਰ ਪੰਜਾਬ ਦਾ ਕਰੋਸ ਕਰਾਂਗੇ। ਪਿੱਪਲੀ ਦੇ ਲਾਗੇ ਸ਼ਾਹਬਾਜ਼ ਮਾਰਕੰਡਾ ਏਰੀਆ ਵਾ ਜਿੱਥੇ ਰਾਤ ਸਟੇਅ ਕਰਾਂਗੇ। ਮੈਨੂੰ ਲੱਗਦਾ ਰਾਤ 10-11 ਸਾਨੂੰ ਜਾਂਦਿਆਂ ਵੱਜਣਗੇ। ਉਦੋਂ ਗਾਹਾਂ ਅਗਲੇ ਦਿਨ ਜਿਹੜਾ ਵਾ ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ। ਆ ਦੇਖੋ, ਆਸ ਤਾਂ ਇਹੀ ਰੱਖਦੇ ਹਾਂ, ਸਤਿਗੁਰ ਕਿਰਪਾ ਕਰੇ ਸਾਰਿਆਂ 'ਤੇ, ਪਰਮਾਤਮਾ ਬਖਸ਼ਿਸ਼ ਕਰੇ। ਜਿਹੜੇ ਸਾਡੇ ਦੇਸ਼ ਦੇ ਹਾਕਮ ਆ, ਉਹ ਜਿਹੜੇ ਦੇਸ਼ ਕਿਸਾਨਾਂ ਮਜ਼ਦੂਰਾਂ ਨੇ ਜਿਹਨਾਂ ਚੁਣ ਕੇ ਉਹਨਾਂ ਨੂੰ ਗੱਦੀ 'ਤੇ ਬਾਲਿਆ ਵਾ, ਉਹ ਉਹਨਾਂ ਦੀ ਆਵਾਜ਼ ਸੁਣ, ਆਵਾਜ਼ ਸੁਣ ਕੇ ਜਿਹੜੀ ਲੋਕਤੰਤਰ ਦੀ ਆਵਾਜ਼ ਆ ਉਹਦੇ ਹੱਕ 'ਚ ਫੈਸਲਾ ਕਰਨ। ਉਹਨਾਂ ਨੂੰ ਬਜਿੱਦ ਨਹੀਂ ਹੋਣਾ ਚਾਹੀਦਾ। ਸਾਡੇ ਪ੍ਰਧਾਨ ਮੰਤਰੀ ਜੀ ਬਜਿੱਦ ਨਜ਼ਰ ਆ ਰਹੇ ਨੇ ਕਿ ਸਾਡੇ ਖੇਤੀ ਦੇ ਕਾਨੂੰਨ ਬਹੁਤ ਠੀਕ ਨੇ, ਜਦਕਿ ਲੰਮੀਆਂ ਮੀਟਿੰਗਾਂ ਤੋਂ ਬਾਅਦ ਜਿਹੜੇ ਉਹ ਕਾਨੂੰਨਾਂ ਦੇ ਵਿੱਚ ਵੱਡੇ ਅਤੇ ਵਿਆਪਕ ਪੱਧਰ 'ਤੇ ਕਹਿ ਲਓ ਸਾਰੇ ਕਾਨੂੰਨ ਜਿਵੇਂ ਖਰਾਬ ਸੀਗੇ, ਕਿਸਾਨਾਂ ਵਿਰੋਧੀ ਸੀ, ਕਾਰਪੋਰੇਟ ਪੱਖੀ ਸੀਗੇ, ਉਹਦੇ ਬਾਰੇ ਦੱਸ ਦਿੱਤਾ ਗਿਆ ਵਾ। ਹੁਣ ਫੈਸਲਾ ਕੇਂਦਰ ਦੇ ਹੱਕ 'ਚ, ਫੈਸਲਾ ਕੇਂਦਰ ਨੇ ਜਿਹੜਾ ਵਾ ਉਹ ਹੱਲ ਕਰਨਾ ਵਾ। ਜਿਹੜਾ ਵਾ ਗੱਲਬਾਤ ਅਤੇ ਗੱਲਬਾਤ ਨਾ, ਫੈਸਲੇ ਟਾਲਣਾ, ਇਹ ਰਾਹ ਛੱਡ ਕੇ ਜਿਹੜੀ ਕੇਂਦਰ ਸਰਕਾਰ ਆ ਉਹ ਰਿਜ਼ਲਟ ਮੁਖੀ, ਫੈਸਲੇ ਮੁਖੀ ਜਿਹੜਾ ਵਾ ਉਹ ਫੈਸਲਾ ਕਰੇ ਤਾਂ ਜੋ ਸਿੱਟਾ ਨਿਕਲ ਸਕੇ ਗੱਲਬਾਤ ਦਾ। ਸੋ ਹੁਣ ਸਾਰੀ ਗੇਂਦ ਜਿਹੜੀ ਆ ਮੈਨੂੰ ਲੱਗਦਾ ਕੇਂਦਰ ਸਰਕਾਰ ਦੇ ਹੱਥ 'ਚ ਆ, ਉਹ ਕੀ ਫੈਸਲਾ ਕਰਦੀ ਆ। ਕਿਸਾਨ ਲਹਿਰ ਕੋਲੇ, ਕਿਸਾਨ ਲਹਿਰ ਦੇ ਵਿੱਚ ਕਿਸਾਨਾਂ, ਮਜ਼ਦੂਰਾਂ, ਪੰਜਾਬੀਆਂ, ਦੇਸ਼ ਵਾਸੀਆਂ ਕੋਲੇ ਆਪਣੇ ਆਪ ਨੂੰ ਬਚਾਉਣ ਲਈ, ਖੇਤੀ ਸੈਕਟਰ ਨੂੰ ਬਚਾਉਣ ਲਈ ਲੰਬੇ ਸੰਘਰਸ਼ ਤੋਂ ਇਲਾਵਾ ਦੂਸਰੇ ਚਾਰੇ ਨਹੀਂ ਹੈਗੇ। ਇਹ ਭਾਜਪਾ ਦੀ ਅਤੇ ਮੋਦੀ ਸਰਕਾਰ ਦੀ ਪਹਿਲਾਂ ਤੋਂ ਨੀਤੀ ਰਹੀ ਆ, ਜਦੋਂ ਵੀ ਹੱਕੀ ਅਤੇ ਜਾਇਜ਼ ਲੋਕ ਪੱਖੀ ਕੋਈ ਵੀ ਅੰਦੋਲਨ ਚੱਲਦਾ ਵਾ ਅਤੇ ਉਹਨੂੰ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਬਦਨਾਮ ਕਰ ਲਾਂਗੇ ਤਾਂ ਅਸੀਂ ਸਫਲ ਹੋਵਾਂਗੇ। ਮੈਂ ਕਹਿੰਦਾ ਇਹ ਰਾਹ ਤਿਆਰ ਨਹੀਂ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ, ਇਹ ਰਾਹ ਛੱਡਣਾ ਚਾਹੀਦਾ। ਲੋਕ ਸਮਝ ਚੁੱਕੇ ਨੇ ਸੱਚਾਈ ਕੀ ਆ, ਇਹਦੇ ਨਾਲੋਂ ਜਿੰਨਾ ਜ਼ੋਰ ਉਹ ਇਹਨਾਂ ਗੱਲਾਂ 'ਤੇ ਲਾ ਰਹੇ ਨੇ, ਜਿੰਨਾ ਜ਼ਿਆਦਾ ਪ੍ਰਚਾਰ ਮਾਧਮਾਂ 'ਚ ਕਿਸਾਨ ਆਗੂਆਂ ਵਿਰੋਧ ਪ੍ਰਚਾਰ ਚਲਾਉਣ ਦਾ ਯਤਨ ਕੀਤਾ ਜਾ ਰਿਹਾ, ਉਹਨਾਂ ਜੇ ਉਹ ਸਿੱਟਿਆਂ ਵੱਲ ਧਿਆਨ ਦੇਣ ਤਾਂ ਇਹ ਦੇਸ਼ ਦੇ ਹਿੱਤ ਵਿੱਚ ਵੀ ਹੋਊਗਾ ਅਤੇ ਦੇਸ਼ ਦੇ ਫਾਇਦੇ 'ਚ ਵੀ ਹੋਊਗਾ। ਦੂਸਰਾ ਗੱਲਾਂ ਇਹ ਹੀ ਨਹੀਂ, ਉਹ ਹੋ ਸਕਦਾ ਕੁਝ ਨਾ ਲਾਉਣ ਕਿਸਾਨ ਆਗੂਆਂ ਦਾ, ਵੀ ਇਹਨਾਂ ਕੋਲ ਫਲਾਣੀ ਥਾਂ 'ਤੇ ਫੰਡਿੰਗ ਹੋਈ ਆ, ਇਹ ਫਲਾਣੇ ਦੇ ਏਜੰਟ ਆ, ਸੋ ਉਹਨਾਂ ਨੂੰ ਇਹ ਚੀਜ਼ਾਂ ਵਾਰਾਂ ਖਾਂਦੀਆਂ, ਉਹਨਾਂ ਦੇ ਨੀਤੀ ਦਾ ਹਿੱਸਾ ਵਾ। ਮੈਨੂੰ ਲੱਗਾ ਦੇਸ਼ ਵੀ ਜਾਗ ਰਿਹਾ, ਪੰਜਾਬ ਵੀ ਜਾਗ ਰਿਹਾ, ਉਹਨਾਂ ਦੇ ਗੁੰਮਰਾਹਪੂਰਨ ਪ੍ਰਚਾਰ ਦੇ ਵਿੱਚ ਕੋਈ ਵੀ ਨਹੀਂ ਆਊਗਾ ਅਤੇ ਲੋਕ ਆਪਣੇ ਜਿਹੜੇ ਮਸਲੇ ਆ, ਜਿਹੜੇ ਕਿਸਾਨਾਂ ਮਜ਼ਦੂਰਾਂ ਲਹਿਰ ਦੇ ਮੰਗਾਂ ਨੇ ਵੀ ਖੇਤੀ ਦੇ 3 ਕਾਨੂੰਨ ਰੱਦ ਕੀਤੇ ਜਾਣ, ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ, ਸਰਕਾਰੀ ਖਰੀਦ ਦੀ ਗਰੰਟੀ ਵਾਲਾ ਤੁਸੀਂ ਕਾਨੂੰਨ ਲੈ ਕੇ ਆਓ, ਨਹੀਂ ਤਾਂ ਇਹ ਅੰਦੋਲਨ ਮਜਬੂਰੀ ਆ ਮਰਦਾ ਕਿ ਕੀ ਨਹੀਂ ਕਰਦਾ। ਲੜਾਂਗੇ ਜਦੋਂ ਤੱਕ ਸਾਡੇ ਸਾਹਾਂ ਵਿੱਚ ਸਾਹ।